देखो ये जोड़े अच पाए हूँ, ये जोड़े लाए हूँ, ये इन्हों कि चिर हो गया जोड़े लाए नू? ये हुणे ही लगे आ टॉप क्वालिटी। ना चीजा सारे यही कबूतर ने बच्चे सारे कबूतर ने जोड़े लाए हुए हैं। देखो जो कोई पट्ठा सी पट्ठा गलत लगे है तो दसो जोड़े। आ देखो ये चीजा बनाई ने भाजी ने जोड़े ला के। आ देखो बन दुमे चिट दुमे दसो भाजी तुसी दसो। लो जी लो आ लगे ने जोड़े भाजी। टैडी ब्रीड दे बारे च कुछ दसो कित्थों शुरू कीती किवें बनाई? बड़े सोहणे कबूतर ने थोड़े जोड़े लियांदे सी कोई 5-7 क जोड़े फिर उहनां तों शुरू कीती आ। किन्ने सालां पहले हो गए ने? 5 क साल। हुण वाहवा सारे बनाणे 5 जोड़ियां तों है। बहुत वधिया कबूतर बैठा गोल्ड रिंग वाला होने 5-10 जोड़े होने 5-10 कबूतर होने गोल्ड रिंग वाले जिन्हां ने गोल्ड रिंगा पाई मादी दे नाल होने ने। ठीक ये गोल्ड रिंग वाली रिंगा ने रिंगा ऑर्डर कीतियां आ हुण असीं इन्हां दे हुण बच्चे भी दिखाउंदे आं तुहानूं। आ देखो कबूतर चेक करो बच्चे भी दिखाउंदे आं। ये भी गोल्ड रिंग वाला ये अली वाला ये भी जोड़ा लाया नाल इन्हां पहला बिच बाड़ माड़ा जिहा इहनूं छड्ड के दिखा दिओ तुहानूं नाल करो। ए देखो जी कबूतर दी खूबसूरती वेखो टोर भी देखा जो पट्ठा उस नर। देखो जी ए चीजा ने जिड़िया इन्हें चेक कल नोटिस की ज्यादा इन्हों अखा चिट्टिया नहीं है। उस्ताद सखी पट्टी वाले भी तुम देख लिया जी आदल पट्टी तुम भी जाना ना जरा अपने वाले की भी भेजा जी इन्हें नाल दें दी। लो जी खूबसूरती देखो जी इस कबूतर की #चौधरी चौधरी सखी पट्टी ब्यूटीफुल। देखो ये भाजी अली वाले ने या टैडी ने? ये अली वाले ने अली वाले च हल्की जी अख जी लाली च आती है। ठीक है टैडिया च थोड़ी जी चिट्टी होंगी पर उन्होंने भी लाली होंगी लाल डोरा होंगे क्यों आदल साहब की ख्याल है तुहाडा सही कह रहे हैं गलत कह रहे हैं? हाँ इन्हां सारिया का पेज है पर कबूतर कमजोरी से बहुत ये हुण फिर बुढ़ा हो गया बुजुर्ग बाबा ये भाजी यार जिदा भाजी बाबे बाबा मेरे वांगू हड्डी लम्मी है पर चक्की ज्यादा कम हड्डी लम्मी दा ये बाबा इन्हां दा पियो इत्थे नाल इन्हां सारिया का पेज है ये बुजुर्ग है सड़ा जिन्हें तो भी जंग लगता है ना नहीं आने तो भी जवान लगता है साढ़े आर उम्र होगी थोड़े जिनी साढ़े आर जवान इन्हें पट्ठी आ पट्टिया पट्ठी आ देखो पट्ठी ने जी अली ये जोड़े मिलाए ने इन्हें चेक करो ਭਾਜੀ ਕਿੱਥੋਂ ਸੋਚ ਮਿਲੀ ਇੱਦਾਂ ਦੇ ਜੋੜੇ ਲਾਉਣ ਦੀ? ਬਸ ਇੱਦਾਂ ਹੀ ਪਰਮਾਤਮਾ ਦੀ ਮਿਹਰ ਚਾਹੀਦੀ ਹੈ। ਹੈਂ ਨੋਰ ਤੇ ਉਹ ਥੱਲੇ ਬੈਠੀ ਹੈ ਵੀ ਪੱਠਾ ਹੀ ਆਂਦੇ ਇਹ ਹੁਣ ਦਾ ਪੱਠਾ ਇਹ ਹੁਣ ਦਾ ਪੱਠਾ ਵਾ ਇਹ ਸਾਡਾ ਫੇਵਰਿਟ ਪਸੰਦ ਆ ਇਹ ਮੈਂ ਇਹ ਹੁਣ ਦਾ ਬੱਚਾ ਭਾਜੀ ਕੋਲੋਂ ਅਕਸਰ ਸੁਣਿਆ ਕਿ ਭਾਜੀ ਦੇ ਜੋੜੇ ਲਾਉਣ ਦੀ ਸੈਂਸ ਜਿਹੜੀ ਹੈ ਨਾ ਬਹੁਤ ਵਧੀਆ ਜੋੜੇ ਬੜੇ ਅੱਛੇ ਲਾਉਂਦੇ ਨੇ ਤੇ ਬੜੀ ਅੱਛੀ ਬਰੀਡ ਇਹਨਾਂ ਕੋਲ।
ਜਿਹੜੀ ਨਾ ਆਪਣੇ ਘਰ ਦੀ ਆ ਬੱਚਾ ਹੁਣ ਦਾ ਇਹ ਜਿਹੜਾ ਆਪਣੇ ਪਹਿਲਾਂ ਪੈ ਗਿਆ ਸੀ ਬਿਮਾਰੀ ਦੀ ਮੈਂ ਸੈੱਟ ਆ ਇਹ ਵੀ ਚੱਕ ਇਹ ਹੱਥ ਦਾ ਪੱਠਾ ਜਿਹੜਾ ਛੋੜ ਲਈ ਮੇਰੇ ਇਹ ਚੁਕੰਦਰਾਂ ਚ ਹੋਏ ਇਹ ਭਾਜੀ ਦੀ ਚੁਕੰਦਰ ਬੀੜ ਜਿਹੜੀ ਹੈ ਮੇਰੇ ਕੋਲ ਵੀ ਹੈ ਨਾ ਚੁਣੇ ਇਹ ਸਾਲੇ ਬਹੁਤ ਆਰਾਮੀ ਨੇ ਇਹਨਾਂ ਨੂੰ ਤਲਖੀ ਇੱਕ ਤਾਂ ਨਾ ਬਹਿੰਦੇ ਸਾਰੇ ਦਿਮਾਗ ਇਹਨਾਂ ਦਾ ਪਾਗਲ ਹੋਇਆ ਜਾਲਾ ਛੋਟਾ ਹੋਏ ਜਾਲਾ ਮਾਦੀਆਂ ਇਹਨਾਂ ਨਾਲ ਲਾਈਆਂ ਆਹ ਦੇਖੋ ਇਹ ਡਿਫਰੈਂਟ ਥੋੜੀ ਬਲੱਡ ਲੈਣੇ ਦੇਖੋ ਇਹ ਚੁਕੰਦਰਾਂ ਨੇ ਚੁਕੰਦਰਾਂ ਭਾਜੀ ਦੀਆਂ ਇਹ ਹੁਣ ਫੇਰਾ ਏਦਾਂ ਪਾਇਆ ਵਾ ਚੁਕੰਦਰਾਂ ਨੂੰ ਅਲੀ ਵਾਲਿਆਂ ਚ ਕੋਈ ਨਵੀਂ ਚੁਕੰਦਰਾਂ ਚ ਜਿਹੜੀ ਨਾ ਇਹ ਥੋੜੀ ਗਰਮੀ ਬਹੁਤ ਆ ਇਹਨਾਂ ਦੀ ਗਰਮੀ ਖਤਮ ਕਰਨ ਨੂੰ ਅਲੀ ਵਾਲੇ ਥੋੜੇ ਠੰਡੇ ਮਜ਼ਾਕ ਦੇ ਕਬੂਤਰ ਹੈ ਬਹੁਤਾ ਜਿੱਦਾਂ ਉਹ ਕਹਿੰਦੇ ਨੀ ਉਹ ਹੁਣ ਕੁੱਤਿਆਂ ਚੋਂ ਨੇ ਜਿਹੜੇ ਕਹਿੰਦੇ ਉਹ ਪਾਣੀ ਤੇ ਦੰਦੀ ਹੈ ਐਵੇਂ ਭੋਗ ਕੇ ਕੀ ਫਾਇਦਾ ਤੇ ਇਸ ਕਰਕੇ ਜਿਹੜਾ ਨਾ ਤੇ ਜਿਹੜੀ ਚੁਕੰਦਰ ਨੇ ਨਾ ਉਹ ਭੈਣ ਬਹੁਤ ਠੰਡਾ ਕਰਨ ਦੇ ਲਈ ਅਲੀ ਵਾਲਿਆਂ ਦਾ ਵਿੱਚ ਫਲ ਸਟਿਆ ਤਾਂ ਕਿ ਥੋੜਾ ਠੰਡਾ ਹੋ ਜਾਵੇ ਬਲੱਡ ਕਿਉਂਕਿ ਬਲੱਡ ਸਾਲਾ ਪਾਗਲ ਬਹੁਤ ਆ ਇਹਨਾਂ ਦਾ ਸਮਝਦੇ ਹੋ ਆਣ ਚੁਕੰਦਰ ਨਾਲਿਆ ਤੇ ਚੁਕੰਦਰ ਨਰਾਂ ਦੇ ਵਿੱਚ ਫਿਰ ਅੱਗੋ ਦੀ ਆ ਬੜੇ ਮਨ ਤੋਂ ਵੜਦੀ ਸਿਆਲਕੋਟੀ ਤੇ ਨਾਲ ਨੋਰਮਲ ਜਿਹੜੇ ਟੈਡੀ ਹੁੰਦੇ ਨੇ ਨਾ ਆਮ ਟੈਡੀ ਉਹ ਵਿੱਚ ਮਿਲਾਏ ਨੇ ਇਹਨਾਂ ਦੇ ਉਹ ਵੀ ਤੁਹਾਨੂੰ ਦੱਸਦੇ ਜਿਹੜੇ ਨੋਰਮਲ ਟੈਡੀ ਉਹ ਵੀ ਤੁਹਾਨੂੰ ਦੱਸਦੇ ਆ ਵਾਲੇਕੋ ਆ ਟੈਡੀ ਆ ਇਹ ਨੋਰਮਲ ਟੈਡੀ ਇਹ ਜਿਹੜੇ ਨੋਰਮਲ ਟੈਡੀ ਨੇ ਜਿਹਨਾਂ ਨੂੰ ਚੌਧਰੀ ਸਾਖੀ ਭੱਟੀ ਵਾਲੇ ਟੈਡੀ ਵੀ ਕਿਹਾ ਜਾਂਦਾ ਬੰਦ ਦੁਮੇ ਕੱਲਾ ਪੱਤਾ ਦੁੰਮ ਦਾ ਹੁੰਦਾ ਦੇਖੋ ਦੇਖੋ ਇਹ ਜਿੱਦਾਂ ਜਿੱਦਾਂ ਬਜ਼ੁਰਗ ਹੁੰਦੇ ਜਾਂਦੇ ਉਦੋਂ ਦਾ ਛਾਪਾਂ ਆਈ ਜਾਂਦੀਆਂ ਯੰਗ ਹੁੰਦੇ ਸਿਰਫ ਗਾਟੇ ਕਾਲੇ ਹੁੰਦੇ ਆ ਦੇਖੋ ਪੀਲੀਆਂ ਪਲਕਾਂ 'ਚ ਇਹ ਪਲਕਾਂ ਕੋ ਪੀਲੀਆਂ ਪਲਕਾਂ 'ਚ ਇਹ ਵੀ ਚੁਕੰਦਰਾਂ ਚ ਦੇਖੋ ਇਹ ਵੀ ਚੁਕੰਦਰਾਂ ਚ ਇਹ ਬਰੀਡ ਜਿਹੜੀ ਉਡਾਰ ਚ ਵੀ ਚੱਲੀ ਹੈ ਇਹ ਵੀ ਚੁਕੰਦਰ ਆਹ ਚੀਜ਼ ਚੈੱਕ ਕਰੋ ਇਹ ਵੀ ਚੁਕੰਦਰਾਂ ਚ ਮੇਰੇ ਕੋਲ ਵੀ ਉੱਧਰ ਇਹੀ ਪਏ ਨੇ ਇਹਦੇ ਨਾਲ ਦੇ ਨੇ ਆਪਣੇ ਕੋਲ ਚੁਕੰਦਰ ਹੀ ਆ ਸਾਰੇ ਇਧਰੋਂ ਹੀ ਗਏ ਭਾਜੀ ਕੋਲ ਗਏ ਆ ਪਰ ਇੱਥੇ ਕੁਆਂਟਿਟੀ ਪਈ ਆ ਹੈਨਾ ਅਸੀਂ ਤਾਂ ਮਸ਼ਹੂਰੀ ਖੜਦੇ ਹਾਂ ਕਿ ਵੀ ਬਣਾਏ ਭਾਜੀ ਨੇ ਤੇ ਮਸ਼ਹੂਰੀ ਸਾਡੀ ਹੋਈ ਜਾਵੇ ਬਣਾਏ ਅਸਲ 'ਚ ਭਾਜੀ ਨੇ ਚੁਕੰਦਰ ਹੈ ਨਾ ਅਸੀਂ ਤਾਂ ਉੱਦਾਂ ਮਸ਼ਹੂਰੀ ਲੈ ਆਉਂਦੇ ਕਿਉਂ ਭਾਜੀ ਨੂੰ ਕਿਹੜਾ ਪਤਾ ਲੱਗਦਾ ਹੈਨਾ ਭਾਜੀ ਨੂੰ ਕਿਹੜਾ ਪਤਾ ਲੱਗਦਾ ਅਸੀਂ ਪਬਲਿਸਿਟੀ ਲਾਇਆ ਵੀ ਲਾਂਗੇ ਤੇ ਕਿਉਂ ਭਾਜੀ ਸਹੀ ਗੱਲ ਇਹ ਮਿਹਨਤ ਭਾਜੀ ਦੀ ਆ ਉੱਦਾਂ ਮੈਂ ਤੁਹਾਨੂੰ ਅੱਜ ਸੱਚ ਦੱਸ ਲੰਗਾ ਇਹ ਭਾਜੀ ਨੇ ਬਣਾਏ ਨੇ ਜਿੱਦਾਂ ਮਰਜ਼ੀ ਸਮਝ ਤੇ ਗਏ ਕਸ ਇਹ ਵੀ ਉਹ ਕਸ ਵਾਲਿਆਂ ਚ ਹੋਈਏ ਠੀਕ ਹੈ ਵਿਊਅਰਸ ਇਹ ਉਹਦਾ ਪੱਠਾ ਦੇਸੀ ਟੈਡੀ ਜਿਹਨੂੰ ਕਹਿ ਲਓ ਯਾਰ ਚਲੋ ਨੋਰਮਲ ਨਾ ਕੋਈ ਇੰਗਲਿਸ਼ ਦੇਸੀ ਕਹਿ ਲਓ ਪੀਲੀਆਂ ਪਲਕਾਂ ਦੇ ਟੈਡੀ ਪੀਲੀਆਂ ਦੇਸੀ ਟੈਡੀ ਉਹਨਾਂ ਦਾ ਸ਼ੌਕ ਕਰਾਈਏ ਬਹੁਤ ਲੰਮੀ ਹੋ ਜਾਈ ਆ ਜਾਓ ਭਾਜੀ ਉਹਨਾਂ ਦਾ ਵੀ ਸ਼ੌਕ ਜੋੜਾ ਲਾਇਆ ਜੀ ਹੁਣ ਪੱਠੇ ਸੀਗੇ ਕਰਦੇ ਇਹਨਾਂ ਦਾ ਹੁਣ ਜੋੜਾ ਲਾਇਆ
ਇਹ ਭਾਜੀ ਦੇ ਸੇਬੇ ਵਾਲੇ ਟੈਡੀ, ਪਿਓਰ ਸੇਬੇ ਵਾਲੇ ਨੀ, ਦੇਖੋ ਸੇਬੇ ਵਾਲੇ ਟੈਡੀ, ਨੋਟ ਪਿਓਰ ਸੇਬੇ ਵਾਲੇ, ਸਮਝਦੇ ਹੋ? ਠੀਕ ਹੈ, ਆਹ ਕੈਂਚੀ ਮਾਰੀ ਪੱਠਾ ਪਿਛਲੇ ਸਾਲ ਦਾ, ਅਤੇ ਆਹ ਮਰਦੀ ਲਾਈ ਨੀਲੇ, ਇਹਨਾਂ 'ਚੋਂ ਨੀਲੇ ਵੀ ਨਿਕਲਦੇ ਆ, ਸਮਝਦੇ ਹੋ? ਨੀਲੇ ਹੀ ਮਾਰਦੇ ਇਹ, ਨੀਲੇ ਵੀ ਨਿਕਲਦੇ ਇਹਨਾਂ 'ਚੋਂ, ਨੀਲੇ ਬੱਚੇ ਕੱਢਦੇ ਨੇ। ਚਸ਼ਮਾ ਬੜਾ ਮਹਿੰਗਾ ਗਿਰ ਪਿਆ ਮੇਰਾ ਭੈਣ। ਨਹੀਂ ਭਾਜੀ ਐਵੇਂ ਭੈਣ ਜੋ ਪੈਂਟਰ ਹੀ ਮਾਰਨੇ ਆ। ਉਹ ਵੇਖੋ ਜੀ ਟੈਡੀ ਤਿੰਨ ਤਿੰਨ ਅੰਡੇ ਦਿੰਦੇ ਆ, ਪੈਂਟਰ ਹੀ ਮਾਰਨੇ ਆ। ਹਾਂਜੀ ਇਹ ਕਬੂਤਰ ਵੀ ਅੰਡੇ ਦੇ ਦਿੰਦੇ ਡਰਦੇ ਮਾਰੇ ਸਲਾਰੇ। ਬੱਚਾ ਚੁਕੰਦਰਾਂ ਚੋਂ ਇਹ ਸਲਾਰੇ ਵੀ ਕੱਢਦੇ ਹੁੰਦੇ ਚੁਕੰਦਰ, ਅਸਲੀ ਚੁਕੰਦਰ ਆ। ਦੇਖੋ ਇਹ ਪੁਰਾਣੇ ਆ ਚੋ, ਦੇਖੋ ਦੇਖੋ ਚੁਕੰਦਰ ਹੈ ਨਾ, ਅੱਖਾਂ 'ਚ ਸ਼ਾਈਨ, ਅੱਖਾਂ ਦੇ ਡੇਲੇ ਕਿੱਦਾਂ ਬਾਹਰ ਆ, ਚੁੰਝ ਚਿੱਟੀਆਂ ਚੁੰਝਾਂ 'ਚ। ਉਹ ਭੈਣਾਂ ਆਈਆਂ ਇੱਥੇ ਆਪਣੇ ਕੋਲ, ਲੈ ਕਬੂਤਰੀ ਖੜੀ ਦੇ। ਇਹ ਦੇਖੋ ਜੀ ਇਹਨਾਂ, ਇਹ ਪੱਠੀਆਂ, ਇਹ ਪੱਠੀ ਉਹਨਾਂ ਕੀ, ਇਹਨਾਂ 'ਚ ਬਹੁਤ ਬਹੁਤ ਸਿਆਣੇ ਦਾ ਬਹੁਤ ਜ਼ਿਆਦਾ ਇਹਨਾਂ ਦੇ ਡੇਲੇ ਛੇਲੇ। ਅੱਜ ਤੁਹਾਨੂੰ ਉਹ ਦਿਖਾ ਦਿੰਦੇ ਕਿ ਇਹ ਕੈਮਰਾਮੈਨ ਜਲਦਬਾਜ਼ੀ 'ਚ ਅੱਜ ਭਾਜੀ ਅਗਲੇ ਵੀ ਨਹੀਂ, ਵੀਡੀਓ ਬਹੁਤ ਲੰਮੀ ਹੋ ਜਾਏ ਨਾ ਫਿਰ ਲੋਕ ਅਕਸਰ ਜਿਹੜਾ ਨਾ ਅੱਧ ਛੱਡ ਕੇ ਭੱਜ ਜਾਂਦੇ, ਅਤੇ ਉਹ ਸ਼ੈਵਾਂ ਨਹੀਂ ਕਿ ਬੰਦਾ ਇਹਨਾਂ ਨੂੰ ਸਕਿੱਪ ਕਰੇ। ਇੱਦਾਂ ਪਹਿਲਾਂ ਮਾਰ ਲੈ ਤੂੰ ਆਪਣਾ ਸ਼ਾਟ ਜਿਹੜਾ ਮਾਰਨਾ ਸਿਆਲਕੋਟ ਜਿਹੜਾ ਜਿਹੜਾ ਬੈਠੇ ਆ, ਇਹ ਹਾਲੇ ਨਹੀਂ ਹੁੰਦੀ, ਇਹ ਸ਼ਾਟ ਮਾਰ ਲੈ ਪਹਿਲਾਂ। ਚਟੀਆਂ ਹੋਈ ਜਾਣੀਆਂ ਬੈਚੀ ਦੀਆਂ ਪੱਠੀਆਂ ਦੇਖੀਆਂ, ਇੰਨੇ ਸਟਰੋਂਗ ਬਜੂਦ ਆ। ਦੋ ਚਾਰ ਤੁਹਾਨੂੰ ਬਸ ਜਿਹੜੇ ਵਧੀਆ ਵਧੀਆ ਮੇਨ ਮੇਨ ਆ ਨਾ ਉਹ ਦਿਖਾ ਦਿੰਦੇ ਆ, ਉਧਰੋਂ ਫਿਰ ਗਾਂ ਬੰਦੇ ਜਿਹੜੇ ਸਕੂਈ ਨੇ ਉਹ ਆਪਣੇ ਆਪ ਲਾ ਲਓ ਭਾਜੀ ਵੱਡਾ ਬੈਸ਼ੀ ਦਿਖਾਈ। ਐ ਚਿੱਟੀਆਂ ਹੋ ਜਾਣੀਆਂ ਦੇਖੀ, ਆਹ ਪੱਠੀਆਂ ਹੌਲੀ ਹੌਲੀ ਆਪਣਾ ਆਪ ਸਾਰਾ ਚਾੜ ਕੇ ਐਨ ਚਿੱਟੀਆਂ। ਬੈਸ਼ੀ ਦੀਆਂ ਧੀਆਂ ਦਿਖਾਈ ਐ ਜੀ, ਬੈਸ਼ੀ ਬਰੀਡ ਇਹ, ਇਹਨਾਂ ਦਾ ਪਿਓ ਦੱਸਦੇ ਹੈ ਨਾ ਪੂਰਾ ਇੰਡੀਅਨ, ਜਿਹੜੇ ਇੰਡੀਅਨ ਹੁੰਦੇ ਨੇ ਸੰਭਲ ਵਾਲੇ ਕਬੂਤਰ। ਵੇਖੋ ਆਹ, ਦੇਖੋ ਸਾਇਜ਼ ਦੇਖੋ ਕਬੂਤਰ ਦਾ, ਅਸਲ ਬੈਸ਼ੀ ਜਿਹੜੇ ਇੰਡੀਆ 'ਚ ਹੁੰਦੇ ਸਨ ਜਿਹਨਾਂ ਨੂੰ ਟੋਂਕ ਵਾਲੇ ਵੀ ਕਿਹਾ ਜਾਂਦਾ ਵਾ। ਉਹਨਾਂ ਦੇ ਰਿਜ਼ਲਟ ਕੈਸੇ ਨੇ, ਮੈਂ ਕਿਹਾ ਭੈਣ ਜੋ ਆਊਟ ਕਲਾਸ ਰਿਜ਼ਲਟ ਨੇ, ਦੇਖ ਜ਼ਿਆਦਾ ਹੀ ਜਿੱਥੇ ਮਰਜ਼ੀ ਪਾ ਲਓ ਸਾਰੇ ਪਾਸੇ ਕੰਮ ਕਰਦੇ, ਦੇਖ ਦੇਖ ਭਾਵਾਂ ਟੈਡੀ 'ਚ ਪਾ ਭਾਵਾਂ ਸਿਆਲਕੋਟੀ ਚੂਹਿਆਂ 'ਚ ਪਾ, ਮਰਦੀ ਉਹਨਾਂ ਨੇ ਅਸੀਂ ਪਿਓਰ ਚੂਹਿਆਂ 'ਚ ਪਾਇਆ, ਇਹ ਮਾਦੀ ਨਾਲ ਪਾਇਆ ਚੂਹੀ ਪਿਓਰ ਮਾਦੀ, ਜਿਹੜੀ ਪੁਰਾਣੇ ਜ਼ਮਾਨੇ 'ਚ ਉਸਤਾਦ ਹੰਸਲਾਲ ਵਾਲੀ ਮਾਦੀਆਂ ਹੁੰਦੀਆਂ ਸੀ ਉਹਨਾਂ 'ਚੋਂ। ਆਹ ਵੇਖ ਹਲਕੇ ਹਲਕੇ ਜੋਂ, ਪੂਰੇ ਮੋਤੀ ਨਹੀਂ, ਜਿੱਦਾਂ ਅੱਜ ਕੱਲ੍ਹ ਤਾਂ ਪੂਰੇ ਗਾੜੇ ਮੋਤੀਆਂ ਵਾਲੇ ਬਣਾ ਚੁੱਕੇ ਭੈਣ 'ਚ ਚੂਹੇ ਬਣਾ ਦਿੰਦੇ ਨਾ, ਇਹ ਹਲਕੇ ਹਲਕੇ ਜੂਆਂ ਸਲੇਟੀ ਸਲੇਟੀ ਟਾਈਪ ਹੈ। ਚਲੋ ਸ਼ਕਲ ਦੇਖੋ ਤਾਂ ਐਂ ਲੱਗਦੀ ਜਿਵੇਂ ਚੂਹੇ ਨਹੀਂ ਹੁੰਦੇ, ਚੂਹੇ ਹਾਲ ਸ਼ਕਲ ਬੱਚੇ ਉਹ, ਪਰ ਆਪਣੇ 'ਤੇ ਮਾਰੀ ਜਾਂਦਾ ਚਿੱਟੇ ਕਰੀ ਜਾਂਦਾ ਹੈ ਨਾ, ਦੇਖਿਆ ਪਰ ਬੱਚੇ ਇਹ ਇੰਨਾ ਬਲੱਡ ਦਾ ਸਟਰੋਂਗ ਹੈ, ਬੱਚੇ ਆਪਣੇ 'ਤੇ ਕੱਢਦਾ ਵੇਖ ਨਾ, ਇਹ ਬੱਚਾ ਇਹਨਾਂ ਦਾ ਹੀ ਆ, ਇਹਦੇ ਜੋੜੇ ਦਾ ਬੱਚਾ, ਇਹਦਾ ਬੱਚਾ ਵੀ, ਇਹ ਵੀ ਇਹਦਾ ਬੱਚਾ ਚਿੱਟੇ ਕਰੀ ਜਾਂਦਾ, ਇਹ ਕਰੋਸਾਂ ਜਿਹਾ ਚੂਹਾ ਤੇ ਸੋਰੀ ਬੱਚਿਆਂ ਵਾਲੇ ਦਾ, ਇਹ ਮੋਤੀਆਂ ਵਾਲੇ ਦਾ, ਇਹ ਮੋਤੀਆਂ ਵਾਲੇ ਦਾ, ਸੋਰੀ ਭਾਜੀ ਕਹਿੰਦਾ ਤੁਹਾਨੂੰ ਮੋਤੀ ਵਾਲੇ ਵੀ ਦਿਖਾਉਂਦੇ ਆ। ਇਹ ਕਰੋਸਾਂ 'ਚ ਜਿੱਦਾਂ ਚੂਹੀ ਤੇ ਵੈਸ਼ੀ ਦਾ ਕਰੋਸ ਬੱਚਾ, ਹਾਲੇ ਇਹਦੀ ਪੱਠੀ ਆ ਉਹ ਮੋਤੀ ਵਾਲੀ, ਆਹ ਵੇਖੋ ਉਹ ਜਿਹੜੀ ਮੋਤੀਆਂ ਵਾਲੇ ਵੀ ਚੈੱਕ ਕਰੋ, ਆ ਵੇਖੋ ਪਿਓਰ ਦੇਸੀ ਜਿਹੜੇ ਮੋਤੀਆਂ ਵਾਲੇ, ਜਿਹੜੇ ਅਸਲ ਜੋਨਸ ਨੇ ਮੋਤੀਆਂ ਵਾਲੇ ਚੱਲਿਆ ਕਰਦੇ ਸੀ, ਇਹ ਉਹ ਕਬੂਤਰ ਇਹਨਾਂ ਦਾ ਬੱਚਾ ਉੱਤੇ ਆ, ਅੱਖ ਤੇ ਉੱਤੇ ਗੋਲ ਕਰਾ, ਇਹਦਾ ਬੱਚਾ ਉੱਤੇ ਆ, ਅੱਖ ਬਣਾ ਇਹਦੀ ਇਹਦਾ ਚੱਜ ਨਾ, ਦੇਖ ਅਸਲ ਮੋਤੀਆਂ ਵਾਲੇ ਕਬੂਤਰ, ਇਹ ਅਸਲ ਮੋਤੀਆਂ ਵਾਲੇ ਕਬੂਤਰ ਆ, ਜਿਹੜੇ ਪੁਰਾਣੇ ਜ਼ਮਾਨੇ 'ਚ ਦੇਸੀ ਕਬੂਤਰ ਹੁੰਦੇ ਸੀ ਨਾ, ਉਹਨਾਂ ਦੇ ਸਾਈਜ਼ ਵੱਡੇ ਹੁੰਦੇ ਸੀ ਇੰਡੀਆ ਦੇ ਵਿੱਚ, ਅੱਜ ਵੀ ਅਸਲੀਅਤਾਂ ਰੱਖੀਆਂ ਨੇ ਉਸਤਾਦਾਂ ਨੇ, ਫਿਰ ਪਾ ਪਾ ਨਾ ਕਰੋਸ ਦੂਏ ਅਤੇ ਨਸਲਾਂ ਛੋਟੀਆਂ ਪਤਲੀਆਂ ਕਰਤੀਆਂ, ਸਮਝਦਾ ਅਤੇ ਪਰ ਸਾਨੂੰ ਸ਼ੌਂਕ ਹੈ ਇੰਡੀਆ ਵਾਲੇ ਜਿਹੜੇ ਬੰਦੇ ਨੇ ਉਹ ਪਿਓਰਿਟੀ 'ਚ ਰੱਖਣ ਦਾ ਸ਼ੌਂਕ ਆ, ਅਤੇ ਇਹ ਅਸਲ ਮੋਤੀਆਂ ਵਾਲੇ ਨੇ ਤੁਹਾਨੂੰ ਜੇ ਕਹਿੰਦਾ ਮੈਂ ਤੈਨੂੰ ਜਦੋਂ ਮਾੜਾ ਟੈਡੀ ਟੱਚ ਦਿੰਦੇ ਹਾਂ ਤੈਨੂੰ ਉਹ ਵੀ ਦੇ ਦਾਂਗਾ ਮੈਂ,
ਪ੍ਰੂਫ ਵੀ ਦੇ ਦਾਂਗਾ ਇਹਦੇ ਇਹ ਅਸਲ 'ਚ ਪੁਰਾਣੇ ਮੋਤੀਆਂ ਵਾਲੇ ਇੱਦਾਂ ਦੇ ਰੰਗ ਦੇ ਚੱਲੇ ਕਰਦੇ ਠੀਕ ਹੈ ਸਮਝ ਲੈ ਇਹ ਹੁਣ ਜਿਹੜੇ ਗਾੜੇ ਆਏ ਨੇ ਉਹ ਸਾਰੇ ਫੈਂਸੀ ਮੇਨ ਬਣਾਏ ਗਏ ਉਹ ਜਦੋਂ ਯਾਰ ਬਣਾਏ ਨਹੀਂ ਉਹ ਜਦੋਂ ਤੁਸੀਂ ਬਰੀਡ ਕਰਾਉਂਦੇ ਹੋ ਨਾ ਸਾਲੋਂ ਸਾਲ ਉਹ ਫਿਰ ਆਟੋਮੈਟਿਕਲੀ ਜਿਹੜਾ ਕਿ ਜੈਨੇਰਿਕ ਸਿਸਟਮ ਹੁੰਦਾ ਨਾ ਉਹ ਚੇਂਜ ਹੁੰਦਾ ਜਾਂਦਾ ਕਲਰ ਚੇਂਜ ਹੁੰਦਾ ਜਾਂਦਾ ਇਹਦਾ ਹੀ ਪੁੱਤ ਆ ਉਹ ਹਾਂ ਉਹਦਾ ਪੁੱਤ ਉਹਦਾ ਪੁੱਤ ਇਹ ਜਿਵੇਂ ਜਿਵੇਂ ਵੱਡੇ ਹੋਣਗੇ ਹਾਂ ਉਹ ਜਿੰਨਾ ਦੇ ਕਲਰ ਜਾਈਗੇ ਹਾਂ ਹੁਣ ਅੱਖਾਂ ਚੁੰਝ ਚਾਰਾ ਮੋਰਾ ਸਭ ਹੋ ਜਾਣੀ ਮਾਦੀ ਨਾ ਉਹ ਜਿਹੜੀ ਵਿਚਾਲੇ ਮੋਤੀਆਂ ਵਾਲੀ ਸਹਿਜ ਸਹਿਜ ਵੇਖ ਇਹ ਪੁਰਾਣੇ ਜ਼ਮਾਨੇ 'ਚ ਗਿਰੇ ਬਾਜ਼ ਕਬੂਤਰ ਇਹਨਾਂ ਨੂੰ ਕਿਹਾ ਜਾਂਦਾ ਸੀ ਜਦੋਂ ਕਬੂਤਰ ਬਾਬਰ ਦੇ ਜ਼ਮਾਨੇ 'ਚ ਆਏ ਸਨ ਕਬੂਤਰ ਉਦੋਂ ਕਬੂਤਰ ਇੱਦਾਂ ਦੇ ਹੁੰਦੇ ਲੋਕੀ ਕਹਿੰਦੇ ਗੋਰੇ ਲਿਆਏ ਫਲਾਣਾ ਚਮਕਾਣਾ ਬਾਬਰ ਦੀ ਜਿਹੜੀ ਆਪਣੀ ਇੱਕ ਕਹਾਣੀ ਹੈ ਨਾ ਜਦੋਂ ਬਾਬਰ ਤੁਰਿਆ ਸੀ ਉਹਦੀ ਸੈਲਫ ਬਾਇਓਗ੍ਰਾਫੀ ਜਿਹੜੀ ਆ ਉਹਦੇ ਵਿੱਚ ਵੀ ਪੜ੍ਹ ਲਿਓ ਪੰਨਾ ਨੰਬਰ 36 ਆ ਕਿ 30 ਆ ਉਹਦੇ 'ਤੇ ਉਹਨੇ ਲਿਖਿਆ ਵਾ ਕਬੂਤਰ ਲੈ ਕੇ ਆਉਂਦਾ ਫੋਟੋ ਵੀ ਉਹਨੇ ਬਣੀ ਹੋਈ ਹੈ ਉਹ ਵੀ ਮੈਂ ਤੈਨੂੰ ਕੋਸ਼ਿਸ਼ ਕਰਾਂਗਾ ਲੱਭ ਕੇ ਨਾ ਪੇਜ ਭੇਜਣ ਦੇ ਆਹ ਮਾਦੀ ਲਾਈ ਹੋਈ ਹੈ ਮੋਤੀਆਂ ਵਾਲੀ ਸੇਮ ਅੱਖਾਂ 'ਚ ਠੀਕ ਆ ਇਹ ਵੀ ਠੰਡੀ ਅੱਖਾਂ ਨੇ ਸਮਝਦਾ ਇਸ ਬੰਨੇ ਦੇਖਿਆ ਨਾ ਠੰਡੀਆਂ ਅੱਖਾਂ ਦੇ ਕਬੂਤਰ ਨੇ ਉਸ ਵੇਲੇ ਤੱਤੇ ਨੇ ਸਮਝਦਾ ਆਵੇ ਇਹ ਬਾਅਦ 'ਚ ਪਹਿਲਾਂ ਪਿਓਰ ਕਢਾ ਕੇ ਫਿਰ ਬਾਅਦ 'ਚ ਆਪਾਂ 'ਚ ਕਰੋਸ ਪਾ ਕੇ ਨਾ ਮੀਡੀਅਮ ਪਿਓਰ ਵੀ ਇਹਨਾਂ ਦੇ ਬਹੁਤ ਉੱਠਦੇ ਆ ਪਿਓਰਟੀ 'ਚ ਵੀ ਕੰਮ ਕਰਦਾ ਵਾ ਔਰ ਉੱਦਾਂ ਵੀ ਠੀਕ ਮਾਦੀ ਤੇ ਚੂਹੀ ਫਿਰਦੀ ਨਾ ਪਿਓਰ ਉਹ ਪਿਓਰ ਇਹ ਪਹਿਲਾਂ ਰੁਕ ਜਾ ਇੱਕ ਮਿੰਟ ਬਾਜੀ ਇੱਕ ਮਿੰਟ ਰੁਕਿਓ ਜਰਾ ਮੈਂ ਇਹਨੂੰ ਪਿਓਰ ਹੀ ਕੱਢਦਾ ਖੜ ਜਾਓ ਖੜੋ ਖੜੋ ਠੀਕ ਹੈ ਇਹ ਅੱਜ ਕੱਲ ਦੇ ਟਾਈਪ ਦੇ ਜਿਹੜੇ ਚੂਹੇ ਆ ਦੋ ਕਿਉਂਕਿ ਲੋਕਾਂ ਨੇ ਫਿਰ ਜਦੋਂ ਪਿਓਰਟੀ ਨਹੀਂ ਮਿਲੀ ਉਹਨਾਂ ਨੇ ਫਿਰ ਇਹ ਚੀਜ਼ਾਂ ਪਾਉਂਦੇ ਨੇ ਸ਼ਕਲਾਂ ਚੂਹੀਆਂ ਟਾਇਪ ਆਉਂਦੀਆਂ ਨੇ ਬਰਾਊਨ ਅੱਖਾਂ 'ਚ ਇਹ ਬਰਾਊਨ ਅੱਖਾਂ ਹੁੰਦੀਆਂ ਇਹਨਾਂ ਦੀਆਂ ਸਮਝਦੇ ਨੀਲੀਆਂ ਉੱਪਰੋਂ ਸ਼ੇਡ ਹੁੰਦੀ ਹੈ ਤੇ ਅੰਦਰ ਜਿਹੜੀ ਆਖਰੀ ਛੱਲਾ ਹੁੰਦਾ ਨਾ ਉਹ ਬਰਾਊਨ ਕਲਰ ਦਾ ਹੁੰਦਾ ਸਮਝਦੇ ਹੋ ਫਿਰੋਜ਼ਪੁਰ ਜਿਹੜਾ ਨਾ ਬਾਰਡਰ ਆ ਕਸੂਰ ਦਾ ਸਮਝਦੇ ਹੋ ਜਿਹੜੇ ਉਸ ਤਰ੍ਹਾਂ ਦੇ ਕਬੂਤਰ ਹੈ ਨਾ ਉਹ ਇਹਨਾਂ ਅੱਖਾਂ 'ਚ ਕਬੂਤਰ ਆਉਂਦੇ ਆ ਸਮਝਦੇ ਹੋ ਠੀਕ ਫਿਰੋਜ਼ਪੁਰੀ ਇਹ ਜਾਲਦਾਰ ਉਹਨਾਂ ਦਾ ਮਿੱਸੇ ਜਿਹਨਾਂ ਨੂੰ ਫਿਰੋਜ਼ਪੁਰੀ ਮਿੱਸੇ ਵੀ ਹੋਇਆ ਕਰਦੇ ਸਨ ਕਿਸੇ ਟਾਈਮ 'ਚ ਹੋਇਆ ਕਰਦੇ ਸੀ ਆਪਾਂ ਨਿੱਕੇ ਨਿੱਕੇ ਹੁੰਦੇ ਸਾਂ ਹੁਣ ਨਹੀਂ ਹੁਣ ਫਿਰੋਜ਼ਪੁਰੀ ਇਹ ਚੀਜ਼ ਆ ਦੇਖੋ ਬਣਾਈ ਅਸੀਂ ਇਹ ਕਬੂਤਰੀ ਬਸੰਤੀ ਦੀ ਇਹ ਬਸੰਤੀ ਦੀ ਮਾਂ ਆ ਕਬੂਤਰੀ ਠੀਕ ਇਹਦੇ 'ਚ ਬਸੰਤੀ ਨਿਕਲੀ ਸੀ ਇਹ ਪਿਓਰ ਫਿਰੋਜ਼ਪੁਰੀ ਕਬੂਤਰੀ ਫਿਰ ਬਾਅਦ 'ਚ ਅਸੀਂ ਇਹ ਫਿਰੋਜ਼ਪੁਰੀ ਜੋੜ ਬਣਾਏ ਕੋਈ ਨਹੀਂ ਮੰਨੇਗਾ ਕਿ ਇਹਦੇ 'ਚੋਂ ਗੱਭਰੂ ਲੱਗਾ ਸੀ ਨਾਲ ਅਤੇ ਬਸੰਤੀ ਕਬੂਤਰੀ ਬਣੀ ਸੀ ਇਹਨਾਂ ਅੱਖਾਂ 'ਚੋਂ ਕੌਣ ਮੰਨੇਗਾ ਇਹਨਾਂ ਅੱਖਾਂ 'ਚੋਂ ਭੈਣ ਜਦੋਂ ਬਸੰਤੀ ਬਣੀ ਹੈ ਨਾ ਇਹਨਾਂ 'ਚੋਂ ਇਹ ਜੋੜ ਕਿਉਂਕਿ ਜਿਹੜਾ ਟੈਡੀ ਨੇ ਨਾ ਉਹਨਾਂ ਵਿੱਚ ਤੁਸੀਂ ਭਾਵੇਂ ਜਿਹਨੂੰ ਮਰਜ਼ੀ ਪੁੱਛ ਲਓ ਪੁਰਾਣੇ ਜ਼ਮਾਨੇ ਜਿਹੜੇ ਕਬੂਤਰ ਸਨ ਰਾਮਪੁਰੀ ਫਿਰੋਜ਼ਪੁਰੀ ਅਤੇ ਆਪਣਾ ਕਸੂਰੀ ਇਹ ਕਬੂਤਰ ਮੇਨ ਮਸ਼ਹੂਰ ਹੋਇਆ ਕਰਦੇ ਸੀ ਜਿਨ੍ਹਾਂ ਦੇ ਵਿੱਚ ਜਾਂ ਮਾਲਵੇ ਦੇ ਕਬੂਤਰ ਮਸ਼ਹੂਰ ਹੋਇਆ ਕਰਦੇ ਸੀ ਜਦੋਂ ਪੰਜਾਬ ਇੱਕ ਹੁੰਦਾ ਸੀ ਉਹਨਾਂ 'ਚੋਂ ਕਬੂਤਰਾਂ 'ਚੋਂ ਕਰੋਸ ਪਾਵਰ ਲੋਕਾਂ ਨੇ ਕਬੂਤਰ ਫੇਰੇ ਆ ਤਾਂ ਕਰਕੇ ਬੜੀ ਨੌਲੇਜ ਜਿਹੜਾ ਨਾ ਹਰ ਚੀਜ਼ ਕੱਢਦੇ ਨੇ ਇਹ 5K ਬਟੇਰਾ ਜੀ ਇਹ 5K ਇਹ 5 ਹੈਗੇ ਆ ਇਹ ਜਿੱਦਾਂ ਆਈਫੋਨ ਪ੍ਰੋ ਮੈਕਸ ਅੱਛਾ ਜਿੱਦਾਂ ਡਿਜੀਟਲ ਜਦੀਦ ਬਟੇਰਾ ਹਾਂ ਇਹ ਪੁਰਾਣੇ ਜ਼ਮਾਨਾ ਦਾ ਬਟੇਰਾ ਜਿਹੜੇ ਪੁਰਾਣੇ ਟਾਈਪ 'ਚ ਬਟ ਇਹਦੀ ਅਗਰ ਤੁਸੀਂ ਸ਼ਕਲ ਦੇਖੋ ਨਾ ਬਟੇਰੇ ਆ ਨਹੀਂ ਹੁੰਦੀ ਸ਼ਕਲ ਆ ਬਟੇਰਾ ਤੂੰ ਕਰੇ ਨਾ ਦੇਖੀ ਮੈਂ ਕੋਇਲ ਜਿਸ ਤਰ੍ਹਾਂ ਸਰਚ ਕਰੋ ਨਾ ਗੂਗਲ ਤੇ ਮੈਂ ਨਾਲ ਪਾ ਦੇ ਕੋਇਲ ਵਰਗੀ ਸ਼ੇਪ ਹੁੰਦੀ ਗੋਲ ਜੇ ਭੈਣ ਜੋ ਗੋਲ ਜੇ ਢਿੱਡ ਇਦਾਂ ਦੇ ਤੁਸੀਂ ਫੋਟੋ ਪਾ ਦਿਓ ਹੈ ਨਾ ਇਹਦੀ ਇਹ ਉਦਾਂ ਦੇ ਬਟੇਰੇ ਆ ਰਹੇ ਦੀ ਸ਼ਕਲ ਹੁੰਦੀ ਜਦੋਂ ਬੈਠਣਗੇ ਨਾ ਇਹ ਬਹਿੰਦੇ ਵੀ ਉਦਾਂ ਹੀ ਨੇ ਲੱਤਾਂ ਜੀ ਅੰਦਰ ਨੂੰ ਘੁੱਟ ਕੇ ਆ ਨਿੱਕੀਆਂ ਲੱਤਾਂ ਨੇ ਦੇਖਿਆ ਇਹਨਾਂ ਦੀ ਲੱਤਾਂ ਛੋਟੀਆਂ ਹੁੰਦੀਆਂ ਬਟੇਰਿਆਂ ਦਾ ਜਿੱਦਾਂ ਬਟੇਰਾ ਨਹੀਂ ਹੁੰਦਾ ਬਟੇਰਾ ਕੋਇਲ ਚਾਈਨੀਜ਼ ਕੋਇਲ ਪਾਈ ਨਾ ਉਹ ਇਦਾਂ ਦਾ ਹੁੰਦਾ ਚਾਈਨੀਜ਼ ਕੋਇਲ ਠੀਕ ਬਿਲਕੁਲ ਸਹੀ ਤੇ ਉਡਾਰ ਇਹਦੀ ਪੱਠੀ ਦੀ ਮੈਂ ਤੈਨੂੰ ਫੋਟੋ ਦੇ ਦਿੱਤਾ ਹੈਲੋ ਜੀ ਅੱਜ ਇੱਥੇ ਭਾਈ ਦਾ ਸ਼ੋਅ ਕੀਤਾ ਉਹਨਾਂ ਦੇ ਸਾਰੇ ਟੌਪ ਕੁਆਲਿਟੀ ਵੱਡੇ ਜੋੜੇ ਦਿਖਾਏ ਨੇ ਅਤੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜਾ ਕਬੂਤਰਾਂ ਦੇ ਬਾਰੇ 'ਚ ਇਹਨਾਂ ਕੋਲੋਂ ਸੁਣਨ ਲਈ ਮਿਲੀ ਅਤੇ ਹੁਣ ਇੱਕ ਆਖਰੀ ਦੋ ਲਫ਼ਜ਼ ਜੀਤੇ ਭਾਈ ਅਤੇ ਰੋਜ਼ਰ ਭਾਈ ਚਸ਼ਮਾ ਲਾ ਲਈਏ ਬਸ ਠੀਕ ਹੈ ਕੰਟੀਨਿਊ ਪੁੱਠਾ ਲਾਣ ਲੱਗਾ ਹਾਂਜੀ ਹੁਣ ਚਲੋ ਭਰਾ ਨੇ ਆਪਾਂ ਤਾਂ ਕਹੀਦਾ ਜੀ ਜਦੋਂ ਮੇਰਾ ਟਾਈਮ ਵੀ ਆਖਰੀ ਜੀ ਆਉਂਦਾ ਹੁੰਦਾ 5 ਮਿੰਟ ਦਾ ਹੀ ਬਸ ਆ ਜਦੋਂ ਚਲੋ ਮਿੰਟ ਫੇਰ ਮੈਨੂੰ ਮਿਲ ਗਿਆ ਕਹਿ ਦਊਂਗੇ ਰਲ ਮਿਲ ਕੇ ਰਵੋ ਰਲ ਮਿਲ ਕੇ ਸ਼ੌਂਕ ਕਰੋ ਹੈ ਨਾ ਇਹ ਸ਼ੌਂਕ ਵਾਲਾ ਕਬੂਤਰ ਆ ਸ਼ੌਂਕ ਇਕੱਠਾ ਕਰਦਾ ਆ ਉਹ ਸ਼ੌਂਕ ਦੀ ਇੰਜੋਇਮੈਂਟ ਕਰੋ ਆਰਾਮ ਨਾਲ ਬਸ ਇਹ ਹੈ ਖੰਭਾਂ ਦੀ ਮੁੱਠ ਆ ਹੋਰ ਇਹ ਕੁਛ ਨਹੀਂ ਇਹਨਾਂ ਦੇ ਪਿੱਛੇ ਲੜਨਾ ਝਗੜਨਾ ਛੱਡੋ ਹੈ ਨਾ ਇਹ ਕਿਹੜਾ ਕੋਈ ਮਿਲੀਅਨੇਅਰਾਂ ਵਾਲਾ ਕੰਮ ਆ ਜਾਂ ਕੁਛ ਵੀ ਆ ਕੋਈ ਬਹੁਤ ਤਕੜਾ ਜੂਆ ਇਹ ਸ਼ੌਂਕ ਵਾਂਗੂ ਰੱਖੋ ਬਸ ਠੀਕ ਸ਼ੌਂਕ ਕਰੋ ਪਿਆਰ ਨਾਲ ਰਹੋ ਸਾਰੇ ਭਰਾ ਆਸ ਵਿੱਚ ਰਲ ਮਿਲ ਕੇ ਰਹੋ ਸ਼ੌਂਕ ਕਰੋ ਦੈਟਸ ਬਹੁਤ ਅੱਛਾ ਮੈਸੇਜ ਦਿੱਤਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਵੀ ਇਹੀ ਕਹਿਣਾ ਚਾਹੂੰਗਾ ਭਾਈ ਕਬੂਤਰ ਰੱਖੋ
ਕਿਸੇ ਨੂੰ ਨੀਵਾਂ ਉੱਚਾ ਦਿਖਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਅੱਜ ਕੋਈ ਬੰਦਾ ਨੀਵਾਂ ਹੈ ਨਾ, ਕੱਲ੍ਹ ਨੂੰ ਉਹ ਤੁਹਾਡੇ ਤੋਂ ਉੱਤੇ ਵੀ ਹੋ ਸਕਦਾ, ਸਮਝਦੇ ਹੋ? ਜਿਹਦਾ ਮੈਂ ਜੀਤਾ ਜਾਗਦਾ ਪ੍ਰੂਫ ਆ ਕਈ ਉਸਤਾਦਾਂ ਦੇ ਲਈ, ਸਮਝਦੇ ਹੋ? ਸੋ ਇਸ ਲਈ ਕਿਸੇ ਨੂੰ ਨੀਵਾਂ ਨਾ ਸਮਝੋ, ਕਿਸੇ ਨੂੰ ਉੱਚਾ ਨਾ ਸਮਝੋ, ਬਸ ਆਪਣਾ ਸ਼ੌਂਕ ਕਰੋ, ਲੋਕਾਂ ਨੂੰ ਸਾਰਿਆਂ ਨੂੰ ਇਕੁਅਲ ਟ੍ਰੀਟ ਕਰੋ, ਜਿੱਦਾਂ ਨਾ ਤੁਸੀਂ ਚਾਹੁੰਦੇ ਆ ਅਗਲੇ ਟ੍ਰੀਟ ਕਰਨ, ਉੱਦਾਂ ਤੁਸੀਂ ਉਹਨਾਂ ਨੂੰ ਟ੍ਰੀਟ ਕਰੋ। ਵੈਲ ਡਨ, ਸਿੱਧੀ ਗੱਲ ਹੈ। ਬਹੁਤ ਅੱਛਾ ਮੈਸੇਜ ਦਿੱਤਾ ਜੀ। ਇਹਦੇ ਨਾਲ ਇਜਾਜ਼ਤ ਚਾਹੁੰਦੇ ਆ ਜੀਤੇ ਭਾਈ ਦੀ ਲੋਫਟ 'ਤੇ, ਅਤੇ ਬੜਾ ਖੁਸ਼ੀ ਹੁੰਦੀ ਹੈ ਇੱਥੇ ਆ ਕੇ, ਅਤੇ ਫਿਰ ਇਨਸ਼ਾਅੱਲਾ ਤੁਹਾਨੂੰ ਦੁਬਾਰਾ ਜੇ ਕਦੀ ਆਏ ਦੁਬਾਰਾ ਸ਼ੋਅ ਕਰਾਵਾਂਗੇ। ਓਕੇ, ਰੱਬ ਰੱਖ।